السلام علیکم اج جمعت المبارک ہے سفر المظفر دی اٹھائی کاتے تے دی دی اکتوبر دی سولان تاریخ اے ریڈیو پاکستان نے سمرا یوسف تو خبران سنو پہلا خاص خاص خبران دا خلاصہ وزیر اعظم نے کیا ہے کہ سیاحت ودن نال آمدن ودے گی روزگار دے موقع پیدا ہونگے تے ملک دا چنگا نا دنیا دے سامنے آئے گا ਆਲਮੀ ਬੈਂਕ ਬਿਜਲੀ ਪੈਦਾ ਕਰਨ ਦੇ ਦੋ ਮਨਸੂਬਿਆਂ ਲਈ 1 ਅਰਬ 15 ਕਰੋੜ ਡਾਲਰ ਦੇਵੇਗਾ। ਉਹ ਮਾਰਾ ਦੇ ਨੇੜੇ ਕੋਸਟਲ ਹਾਈਵੇ ਦੇ ਉੱਤੇ دہشت گردਾਂ ਨਾਲ ਇੱਕ ਝੜਪ ਵਿੱਚ 14 ਜਵਾਨ ਸ਼ਹੀਦ ਹੋ ਗਏ ਨੇ। ਪੰਜਾਬ ਦੇ وزیر ਆਲਾ ਨੇ ਕਾਨੂੰਨ ਬਾਰੇ ਸੁਪਾਈ ਵਜ਼ੀਰ ਨੂੰ ਸੂਬੇ ਵਿੱਚ ਅਮਨ ਰੱਖਣ ਲਈ ਹਰ ਜ਼ਰੂਰੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਏ। ਹੁਣ ਤੁਸੀਂ ਪੂਰੀਆਂ ਖਬਰਾਂ ਸੁਣੋ। वजीर अजम इमरान खान ने किया है कि सियाहत वा के ही पाकिस्तान का चंगा नाम ना लिया जा सकता है इस तरह ना सिर्फ आमदन वेगी बल्कि रोज़गार मौके भी पैदा हो इस्लामाबाद वि सियाहत बारे कौमी राबता कमेटी दे इजलास के इजलास की सिदारत कर रहे सन उन्होंने कहा कि हुकूमत माहौल के तहफ़ से सियाहती थावं चंगे इंतजाम यकीनी बनाने माहौल दोस्त सियाहत उत्ते तवज्जो दे रही है ਵਜ਼ੀਰ ਆਜ਼ਮ ਦਾ ਕਹਿਣਾ ਸੀ ਕਿ ਵਫਾਕੀ ਹਕੂਮਤ ਮੁਲਕ ਵਿੱਚ ਸਿਆਹਤ ਵਧਾਣ ਤੇ ਸਿਆਹਤੀ ਥਾਵਾਂ ਨੂੰ ਬਿਹਤਰ ਬਣਾਉਣ ਵਾਸਤੇ ਸੁਬਾਈ ਹਕੂਮਤਾਂ ਨੂੰ ਹਰ ਸਹੂਲਤ ਦੇਵੇਗੀ ਇਜਲਾਸ ਵਿੱਚ ਸਮੁੰਦਰ ਪਾਰ ਪਾਕਿਸਤਾਨੀਆਂ ਦੇ ਮਾਮਲਿਆਂ ਬਾਰੇ ਖਸੂਸੀ ਮਾਵਨ ਜ਼ੁਲਫਿਕਾਰ ਅਬਾਸ ਬੁਖਾਰੀ ਨੇ ਦੱਸਿਆ ਹੈ ਕਿ ਮਜ਼ਬੀ ਸਿਆਹਤ ਵਧਾਣ ਲਈ ਜ਼ਰੂਰੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਕਿਹਾ ਹੈ ਕਿ ਬਾਹਰ ਮੁਲਕਾਂ ਵਿੱਚ ਰਹਿਣ ਵਾਲੇ ਕੋਈ 21000 ਪਾਕਿਸਤਾਨੀਆਂ ਨੇ ਰੋਸ਼ਨ ਡਿਜੀਟਲ ਅਕਾਊਂਟ ਖੁਲਾਏ ਤੇ 2 ਕਰੋੜ 40 ਲੱਖ ਡਾਲਰ ਪਾਕਿਸਤਾਨ ਭਿਜਵਾਏ ਨੇ ਉਹਨਾਂ ਕਿਹਾ ਕਿ ਇਸ ਰਕਮ ਵਿੱਚ ਹੋਰ ਇਜ਼ਾਫਾ ਹੋ ਰਿਹਾ ਹੈ ਇੱਕ ਟਵੀਟ ਵਿੱਚ ਵਜ਼ੀਰ ਆਜ਼ਮ ਨੇ ਸਟੇਟ ਬੈਂਕ ਦੇ ਰੋਸ਼ਨ ਡਿਜੀਟਲ ਅਕਾਊਂਟ ਦੇ ਕੰਮ ਦੀ ਤਾਰੀਫ ਕੀਤੀ ਉਹਨਾਂ ਕਿਹਾ ਕਿ ਅਕਾਊਂਟ ਖੁਲਵਾਉਣ ਵਾਲੇ ਪਾਕਿਸਤਾਨੀਆਂ ਤੇ ਭੇਜੀ ਜਾਣ ਵਾਲੀ ਰਕਮ ਰੋਜ਼ ਵੱਧ ਰਹੀ ਹੈ रोशन डिजिटल अकाउंट ਬਾਹਰ ਦੇ ਮੁਲਕਾਂ ਵਿੱਚ ਰਹਿਣ ਵਾਲੇ ਪਾਕਿਸਤਾਨੀਆਂ ਲਈ ਇੱਕ ਸਹੂਲਤ ਹੈ ਜਿਸ ਦੇ ਨਾਲ ਆਨਲਾਈਨ ਤਰੀਕੇ ਨਾਲ ਪਾਕਿਸਤਾਨ ਦੇ ਬੈਂਕਾਂ ਵਿੱਚ ਆਪਣਾ ਅਕਾਊਂਟ ਘਰ ਬੈਠੇ ਖੋਲਿਆ ਜਾ ਸਕਦਾ ਹੈ। ਆਲਮੀ ਬੈਂਕ ਖੈਬਰ ਪਖਤੂਨਖਾ ਵਿੱਚ ਕਾਬਲੇ ਤਜਦੀਦ ਤੇ ਪਣ ਬਿਜਲੀ ਦੇ منصوبਿਆਂ ਲਈ ਪਾਕਿਸਤਾਨ ਨੂੰ 1 ਅਰਬ 15 ਕਰੋੜ ਡਾਲਰ ਦੇਵੇਗਾ। ਇਸ ਰਕਮ ਨੂੰ ਦਾਸੂ ਹਾਈਡਰੋ ਪਾਵਰ ਪ੍ਰੋਜੈਕਟ ਤੋਂ ਬਿਜਲੀ ਅੱਗੇ ਪਹੁੰਚਾਣ ਦੇ ਨਿظام ਨੂੰ ਬਿਹਤਰ ਬਣਾਉਣ ਲਈ ਵੀ ਇਸਤੇਮਾਲ ਕੀਤਾ ਜਾਏਗਾ ਇਸ ਹਵਾਲੇ ਨਾਲ ਪਾਕਿਸਤਾਨ ਤੇ ਆਲਮੀ ਬੈਂਕ ਵਿਚਕਾਰ ਦੋ ਮੁਆਹਦਿਆਂ ਦੀ ਤਕਰੀਬ ਉੱਤੇ ਦਸਖਤਾਂ ਦੀ ਤਕਰੀਬ ਇਸਲਾਮਾਬਾਦ ਵਿੱਚ ਹੋਈ ਵਜ਼ੀਰ ਆਜ਼ਮ ਇਮਰਾਨ ਖਾਨ ਵੀ ਮੌਜੂਦ ਸਨ ਇੱਕ ਮੁਆਹਦੇ ਦੇ ਤਹਿਤ ਆਲਮੀ ਬੈਂਕ ਖੈਬਰ ਪਖਤੂਨਖਾ ਵਿੱਚ ਕਾਬਲੇ ਤਜਦੀਦ ਤੇ ਪਨ ਬਿਜਲੀ ਦੇ ਤਰੱਕੀਆਤੀ ਮਸੂਬਿਆਂ ਲਈ 45 ਕਰੋੜ ਡਾਲਰ ਦੇਗਾ ਜਦਕਿ ਦੂਜੇ ਮੁਆਹਦੇ ਦੇ ਤਹਿਤ ਦਾਸੂ ਹਾਈਡਰੋ ਪਾਵਰ ਪ੍ਰੋਜੈਕਟ ਫੇਜ਼ 1 ਮਨਸੂਬੇ ਤੋਂ ਬਿਜਲੀ ਫਰਾਮੀ ਦੇ ਨਿਜ਼ਾਮ ਲਈ 70 ਕਰੋੜ ਡਾਲਰ ਪਾਕਿਸਤਾਨ ਨੂੰ ਮਿਲਣਗੇ ਇਸ ਮਨਸੂਬੇ ਦਾ ਮਕਸਦ 2160 ਮੈਗਾਵਾਟ ਦੇ ਦਾਸੂ ਹਾਈਡਰੋ ਪਾਵਰ ਮਨਸੂਬੇ ਤੋਂ ਮੁਤਲਕਾ ਤਕਸੀਮਕਾਰ ਕੰਪਨੀਆਂ ਨੂੰ ਬਿਜਲੀ ਤਰਸੀਲ ਦਾ ਨਿਜ਼ਾਮ ਬਿਹਤਰ ਬਣਾਣਾ ਹੈ ਇਸ ਮਕਸਦ ਲਈ ਟ੍ਰਾਂਸਮਿਸ਼ਨ ਲਾਈਨ ਵਿਛਾਈ ਜਾਏਗੀ ਇਤਲਾਮਤ ਤੇ ਨਸ਼ਰੀਆਤ ਦੇ ਵਜ਼ੀਰ ਸ਼ਿਬਲੀ ਫਰਾਜ਼ ਨੇ ਕਿਹਾ ਕਿ ਹਕੂਮਤ ਨੂੰ ਮਹਿੰਗਾਈ ਦੀ ਵਜ੍ਹਾ ਤੋਂ ਘੱਟ ਆਮਦਨੀ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਦਾ ਪਤਾ ਹੈ ਤੇ ਮਹਿੰਗਾਈ ਉੱਤੇ ਕਾਬੂ ਪਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਨਿਊਜ਼ ਚੈਨਲ ਉੱਤੇ ਇੱਕ ਇੰਟਰਵਿਊ ਵਿੱਚ ਉਹਨਾਂ ਕਿਹਾ ਕਿ ਮੁਖਾਲਿਫ ਜਮਾਤਾਂ ਦੀ ਕਰਪਸ਼ਨ ਦੀ ਵਜ੍ਹਾ ਤੋਂ ਲੋਕਾਂ ਨੂੰ ਬੜੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਏ। ਉਹਨਾਂ ਕਿਹਾ ਕਿ ਮੁਖਾਲਿਫ ਜਮਾਤਾਂ ਆਪਣੀ ਲੁੱਟੀ ਦੌਲਤ ਬਚਾਉਣ ਲਈ ਲੋਕਾਂ ਦਾ ਕੱਠ ਕਰ ਰਹੀ ਏ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਮੁਸਲਿਮ ਲੀਗ ਨੂਨ ਦੀ ਕਾਇਦਤ ਮਨੀ ਲਾਂਡਰਿੰਗ ਤੇ ਕਰਪਸ਼ਨ ਦੇ ਮੁਕਦਮਿਆਂ ਤੋਂ ਬਚਣਾ ਚਾਹੁੰਦੀ ਏ ਪਰ ਉਹਨਾਂ ਨੂੰ ਲੁੱਟਿਆ ਹੋਇਆ ਪੈਸਾ ਮੁਲਕ ਵਿੱਚ ਵਾਪਸ ਲਿਆਉਣਾ ਪਏਗਾ। ਸੈਨੇਟ ਦੇ قومی ਸੰਮਲੀ ਦੇ اجلاس ਅੱਜ ਹੋਣਗੇ ਸੈਨੇਟ ਦਾ اجلاس ਸਵੇਰੇ 10:30 ਵਜੇ ਜਦਕਿ قومی ਸੰਮਲੀ ਦਾ اجلاس ਸ਼ਾਮੀ 4:30 ਵਜੇ ਹੋਏਗਾ ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ ਉਮਾਰਾ ਦੇ ਨੇੜੇ ਕੋਸਟਲ ਹਾਈਵੇ ਉੱਤੇ دہشت گردਾਂ ਦੇ ਨਾਲ ਮੁਕਾਬਲੇ ਵਿੱਚ 14 ਜਵਾਨ ਸ਼ਹੀਦ ਹੋ ਗਏ ਨੇ ਜਿਨ੍ਹਾਂ ਵਿੱਚ ਐਫਸੀ ਅਹਿਲਕਾਰ ਤੇ ਸਿਕਿਉਰਿਟੀ ਗਾਰਡ ਸ਼ਾਮਿਲ ਨੇ ਆਈਐਸਪੀਆਰ ਦਾ ਕਹਿਣਾ ਹੈ ਕੇ دہشت گردਾਂ ਨੇ OGDC L ਦੇ ਗਵਾਦਰ ਤੋਂ ਕਰਾਚੀ ਜਾਣ ਵਾਲੇ ਕਾਫਲੇ ਉੱਤੇ ਹਮਲਾ ਕੀਤਾ ਸੀ ਸਿਕਿਉਰਿਟੀ ਫੋਰਸਿਜ਼ ਨੇ دہشت گردਾਂ ਦੇ ਹਮਲੇ ਦਾ ਜਵਾਬ ਦਿੱਤਾ ਤੇ OGDC L ਦੇ ਕਾਫਲੇ ਨੂੰ ਹਿਫਾਜ਼ਤ ਨਾਲ ਵਿੱਚੋਂ ਕਢਿਆ ਕਾਰਵਾਈ ਵਿੱਚ ਵੱਡੀ ਤਾਦਾਦ ਵਿੱਚ دہشت گرد ਵੀ ਮਾਰੇ ਗਏ ਨੇ ਉਧਰ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਆਇਲ ਐਂਡ ਗੈਸ ਡਿਵੈਲਪਮੈਂਟ ਕੰਪਨੀ ਦੇ ਕਾਫਲੇ ਉੱਤੇ ਹਮਲੇ ਦੀ شدید ਮਜ਼ਮਤ ਕੀਤੀ ਹੈ ਤੇ ਮਕਰਾਨ ਕੋਸਟਲ ਹਾਈਵੇ ਵਾਕਏ ਦੀ ਰਿਪੋਰਟ ਮੰਗ ਲਈ ਹੈ ਉਹਨਾ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਸਿਕਿਉਰਿਟੀ اہلਕਾਰਾਂ ਦੇ ਖਾਨਦਾਨਾਂ ਨਾਲ ਤਾਜ਼ੀਅਤ ਕਰਦੀਆਂ ਹੋਇਆਂ ਉਹਨਾਂ ਦੀ ਬਹਾਦਰੀ ਨੂੰ ਖਰਾਜੀ ਅਕੀਦਤ ਪੇਸ਼ ਕੀਤਾ ਹੈ ਇਤਲਾਮਤ ਤੇ ਨਸ਼ੀਅਤ ਦੇ ਵਜ਼ੀਰ ਸੈਨੇਟਰ ਸ਼ਿਬਲੀ ਫਰਾਜ਼ ਨੇ ਵੀ ਆਪਣੇ ਟਵੀਟ ਵਿੱਚ ਵਾਕਈ ਦੀ شدید ਮذਮਮਤ ਕਰਦੀਆਂ ਹੋਇਆਂ ਕਿ ਆਏ ਕਿ ਕੌਮ ਲਈ ਆਪਣੀਆਂ ਜਾਨਾਂ ਦੇਣ ਦੀ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਉੱਤੇ ਸਾਨੂੰ ਫਖਰ ਹੈ ਪੰਜਾਬ ਦੇ ਕਾਨੂੰਨ ਦੇ ਵਜ਼ੀਰ ਰਾਜਾ ਬਿਸ਼ਾਰਤ ਨੇ ਲਾਹੌਰ ਵਿੱਚ ਪੰਜਾਬ ਦੇ ਵਜ਼ੀਰ ਆਲਾ ਸਰਦਾਰ ਉਸਮਾਨ ਬੁਜ਼ਦਾਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਵਿੱਚ ਵਜ਼ੀਰ ਆਲਾ ਨੇ ਕਾਨੂੰਨ ਦੇ ਵਜ਼ੀਰ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਕਾਨੂੰਨ ਦੀ ਅਮਲਦਾਰੀ ਨੂੰ ਕਾਇਮ ਰੱਖਣ ਵਿੱਚ ਕਿਸੇ ਦਬਾਅ ਦੀ ਪਰਵਾਹ ਨਾ ਕਰਨ ਤੇ ਲੋਕਾਂ ਦੀ ਜਾਨ ਤੇ ਮਾਲ ਦੇ تحفظ ਨੂੰ ਯਕੀਨੀ ਬਣਾਉਣ। ਕਾਨੂੰਨ ਦੇ ਵਜ਼ੀਰ ਰਾਜਾ ਬਿਸ਼ਾਰਤ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਤੇ ਜਿਹੜਾ ਵੀ ਕਾਨੂੰਨ ਤੋੜੇਗਾ ਉਹਦੇ ਨਾਲ ਸਖਤੀ ਨਾਲ ਨਿਬੜਾ ਜਾਏਗਾ। ਮਕਾਨਾਂ ਦੀ ਤਾਮੀਰ ਬਾਰੇ ਵਫਾਕੀ ਪਾਰਲੀਮੈਂਟਰੀ ਸੈਕਟਰੀ ਤਸ਼ਫੀਨ ਸਫਦਰ ਚੌਧਰੀ ਨੇ ਪੰਜਾਬ ਦੇ ਵਜ਼ੀਰ-ਏ-ਆਲਾ ਉਸਮਾਨ ਬੁਸਦਾਰ ਨਾਲ ਲਾਹੌਰ ਵਿੱਚ ਮੁਲਾਕਾਤ ਕੀਤੀ ਇਸ ਮੌਕੇ ਉਤੇ ਵਜ਼ੀਰ-ਏ-ਆਲਾ ਨੇ ਕਿਹਾ ਕਿ ਤਾਮੀਰਾਤੀ ਸ਼ੋਬੇ ਵਿੱਚ ਐਨਓਸੀ ਲਈ ਵਨ ਵਿੰਡੋ ਆਪਰੇਸ਼ਨ ਦੀ ਕਾਮਯਾਬੀ ਤੋਂ ਬਾਅਦ ਆਨਲਾਈਨ ਪਲੇਟਫਾਰਮ ਸ਼ੁਰੂ ਕਰਾਇਆ ਜਾ ਰਿਹਾ ਹੈ ਉਨਾ ਕਿਹਾ ਕਿ ਕਾਰੋਬਾਰਾਂ ਤੇਜ਼ حکومتی ਕਾਮਕਾਰ ਆਸਾਨੀਆਂ ਲਈ ਖidmat ਮਰਕਜ਼ਾਂ ਵਿੱਚ ਇੱਕੋ ਛੱਤ ਥੱਲੇ ਸਹੂਲਤਾਂ ਦੇਣ ਵਾਸਤੇ ਇਸਲਾਮਾ ਸ਼ੁਰੂ ਕੀ ਕਰੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਕਿਹਾ ਕਿ ਰਾਵੀ ਦੇ ਕੰਡੇ ਉੱਤੇ ਨਵਾਂ ਸ਼ਹਿਰ ਵਸਾਨ ਦਾ ਮਨਸੂਬਾ ਪੀਟੀਆਈ ਦੀ ਹਕੂਮਤ ਦਾ ਇੱਕ ਵੱਡਾ ਕਾਮਯਾਬ ਮਨਸੂਬਾ ਸਾਬਤ ਹੋਏਗਾ ਰਾਤੀ 라ਵਲਪਿੰਡੀ ਵਿੱਚ T20 ਕੱਪ ਵਿੱਚ ਸਦਨ ਪੰਜਾਬ ਨੇ ਸਿੰਧ ਦੀ ਟੀਮ ਨੂੰ 70 ਰਨ ਤੋਂ ਹਰਾ ਦਿੱਤਾ। ਸਦਨ ਪੰਜਾਬ ਦੀ ਟੀਮ ਨੇ ਮقرਰ 20 ਓਵਰਾਂ ਵਿੱਚ 191 ਰਨ ਬਣਾਏ ਜਦਕਿ ਸਿੰਧ ਦੀ ਟੀਮ 17ਵੇਂ ਓਵਰ ਵਿੱਚ 131 ਰਨ ਬਣਾ ਕੇ ਆਊਟ ਹੋ ਗਈ। ਉਧਰ ਅੱਜ ਦੋ ਮੈਚ ਹੋਣਗੇ। ਪਹਿਲਾ ਟਾਕਰਾ ਨਾਰਦਰਨ ਤੇ ਖੈਬਰ ਪਖਤੂਨਖਾ ਵਿੱਚ ਜਦਕਿ ਦੂਜਾ ਮੈਚ ਬਲੋਚਿਸਤਾਨ ਤੇ ਸਦਨ ਪੰਜਾਬ ਵਿੱਚ ਹੋਏਗਾ। ਰੇਡੀਓ ਪਾਕਿਸਤਾਨ ਦੇ ਫੇਸਬੁਕ ਦੇ ਪੇਜ ਰੇਡੀਓ ਪਾਕਿਸਤਾਨ ਪੰਜਾਬੀ ਉਤੇ ਇਸ ਵੇਲੇ ਤੱਕ ਦੀਆਂ ਖਬਰਾਂ ਮੁੱਕ ਗਈਆਂ ਹੋਰ ਖਬਰਾਂ ਤੇ ਤਬਸੀਰ ਸੁਣਨ ਲਈ ਤੁਸੀਂ ਸਾਡੀ ਵੈਬਸਾਈਟ radio.gov.pk ਨਾਲ ਜੁੜੇ ਰਹੋ